ਸ਼ਿਕਾਲ ਜੀ ਸਾਰੇ ਜਣੇ ਨੂੰ ਹੋਪਫੁਲ ਤੇ ਸਾਡੇ ਟਿਕਟਾਕ ਹੋ ਗਏ ਸਵਾਗਤ ਆ ਮੇਰੇ ਚੈਨਲ ਤੇ ਜਿਹਦਾ ਨਾਮ ਕਿ ਜੈਸ਼ਿਕਲ ਵਲੌਗਸ ਤੇ ਹੋਰ ਥੋੜੇ ਦਿਨ ਰਹਿ ਗਏ ਆ ਤੇ ਮੈਂ ਚਲ ਜਾਣਾ ਵਤਨਾ ਨੂੰ ਤੇ ਅੱਜ ਮੈਂ ਮੇਰਾ ਹਾਈਡਰਾਫੇਸ਼ਲ ਫਸਟ ਟਾਈਮ ਕਰਾ ਲਿਆ ਤੇ ਨਾਲ ਮੈਂ ਕਰਾਈਆਂ ਆਈਲੈਸ਼ਸ ਸੈਕਿੰਡ ਟਾਈਮ ਤੇ ਬਹੁਤ ਵਧੀਆ ਮਤਲਬ ਰਿਜ਼ਲਟ ਮਿਲ ਗਿਆ ਤੇ ਅੱਜ ਜਿਹੜਾ ਮੇਰਾ ਸਮਾਨ ਪੈਂਡਿੰਗ ਰਹਿ ਗਿਆ ਵਾ ਉਹ ਕੀ ਕਹਿੰਦੇ ਉਹਨੂੰ ਆਪਾਂ ਲੈ ਗਏ ਨਾਲ ਮੇਰੇ ਨੇ ਨਾਜ਼ ਕੌਰ ਓ ਸੋਰੀ ਮਾਇਆ ਨਾਜ਼ ਕੌਰ ਇਲੂ ਡਰਾਈਵਰ ਇਲੂ ਸਤਿ ਸ਼੍ਰੀ ਅਕਾਲ ਵੀਰੇ ਇਧਰ ਹਰਨੇ ਇੱਕ ਕਰਮਾ ਭੰਗ ਵਾਲਾ ਇਹ ਸੀਟ ਤੇ ਬੈਠਾ ਤੇ ਚਲੋ ਠੀਕ ਆ ਵੇਹਨੇ ਆ ਅੱਜ ਕੀ ਲੈਣੇ ਨਾਲ ਤੁਹਾਨੂੰ ਵੀ ਵਿਖਾਉਂਦੇ ਹਾਂ ਤੇ ਬਾਕੀ ਦੇ ਸਾਰੇ ਵਲੌਗ ਮੇਰੇ ਬਾਹਰ ਮਿਲਿਆ ਕਰਨਗੇ ਤੁਹਾਨੂੰ ਵੇਖਣ ਨੂੰ ਇਹ ਵਾਲੇ ਵਲੌਗ ਜਿਹੜੇ ਤੇ ਮੇਰੇ ਜਾਣ ਤੋਂ ਬਾਅਦ ਮਿਲਣਗੇ ਪਰ ਪਹਿਲਾਂ ਜਿਹੜੇ ਆ ਉਹ ਵਿਖਾ ਦਾਂਗੇ ਮਤਲਬ ਘਰੇ ਆਪਣੇ ਫੰਕਸ਼ਨ ਵੀ ਆ ਪਾਠ ਵੀ ਆਪਾਂ ਕਰਾਉਣਾ ਜਾਣ ਕਰਕੇ ਸ਼ੀਸ਼ੇ ਫੋਲਡ ਕਰ ਬਸ ਚੱਲ ਕੱਢ ਦੇ ਬਸ ਇਦਾਂ ਹੀ ਹੁਣ ਅੱਜ ਵੇਹਨੇ ਆ ਕੀ ਸਮਾਨ ਲੈਣੇ ਆ ਤੇ ਥੋੜਾ ਥੋੜਾ ਮੇਰਾ ਕੋਸਮੈਟਿਕ ਦਾ ਸਮਾਨ ਹੀ ਉਹ ਮੈਂ ਆਈਡੀਆ ਚ ਮਾਰਕੀਟ ਚੋਂ ਲੈ ਲੈਣਾ ਬਾਕੀ ਜਿਹੜੇ ਕੱਪੜੇ ਵਗੈਰਾ ਰਹਿ ਗਏ ਉਹ ਲੈਣੇ ਆ ਤੇ ਚਲੋ ਠੀਕ ਆ ਮਿਲਦੇ ਆ ਫਿਰ ਇਦਾਂ ਜਾਂਦੇ ਬਣੇ ਰਹੋ ਅਗੇ ਹੁਣ ਆਪਾਂ ਫਸਟ ਬਾਜ਼ਾਰ ਕਿੱਧਰ ਆਏ ਆਪਾਂ ਲਿਬਰਟੀ ਇੱਥੋਂ ਨਾ ਨਹੀਂ ਇੱਕ ਦਿਨ ਜਿਹਨੂੰ ਲੰਡਨ ਬਾਜ਼ਾਰ ਇੱਥੋਂ ਨਾ ਫੋਨ ਦੇ ਕਵਰ ਵੇਖਣੇ ਆ ਅਤੇ ਏਅਰਪੋਰਟ ਵੇਖਣੇ ਆ ਉਹ ਲੈ ਕੇ ਅਤੇ ਫਿਰ ਆਪਾਂ ਨੈਕਸਟ ਹੈਗਾ ਜਾਣਾ ਕ੍ਰਿਸਟਲ ਫਿਰ ਜਾਣਾ ਹਾਰ ਗੇਟ ਫਿਰ ਜਾਣਾ ਆਈਡੀਆ 'ਚ ਮਤਲਬ ਬਹੁਤ ਜ਼ਿਆਦਾ ਕੰਮ ਬਸ ਅੱਜ ਦਾ ਦਿਨ ਮੈਨੂੰ ਲਾਸਟ ਡੈਡੀ ਨੇ ਦਿੱਤਾ ਵੀ ਜੋ ਜੋ ਲਿਆਉਣਾ ਅੱਜ ਲੈ ਆਈਏ ਜੋ ਜੋ ਲਿਆਉਣਾ ਵਾ ਅਤੇ ਬਾਕੀ ਜਿਹੜੇ ਹੈਗੇ ਆ ਘਰੇ ਫਿਰ ਮੈਂ ਆਪਣੀ ਪੈਕਿੰਗ ਵਗੈਰਾ ਕਰਨੀ ਆ ਫਿਰ ਘਰ ਦਾ ਸਾਰਾ ਵੇਖਣਾ ਘਰੇ ਪਾਠ ਵੀ ਆ ਅਤੇ ਹੁਣ ਠੰਡਾ ਮੌਸਮ ਅਜੇ ਉਹਦਾ ਸ਼ੋਪਿੰਗ ਕਰਨ ਦਾ ਮਜ਼ਾ ਹੁੰਦਾ ਠੰਡਾ ਆਉਣਾ ਠੰਡੀ ਲੈ ਉਹ ਤੇ ਉਹ ਖਲੋਤੇ ਤੇ ਆਈ ਹਲੇ ਤੱਕ ਨਹੀਂ ਉਹ ਆਏ ਨਹੀਂ ਹਲੇ ਤੱਕ ਅਤੇ ਬਹੁਤ ਠੰਡਾ ਮੌਸਮ ਪਿਛਲੇ ਸਾਲ ਵਾਂਗੂ ਲੈ ਆਈਲੈਸ਼ ਇਹਨੇ ਵੀ ਕਰਾਈਆਂ ਜੇ ਲੈ ਮੱਥਾ ਟੇਕਣ ਨਹੀਂ ਮੈਨੂੰ ਅੱਗੇ ਮੱਥਾ ਟੇਕਣ ਨਹੀਂ ਮੈਨੂੰ ਅਭੀ ਚਲੋ ਤੈਨੂੰ ਪਤਾ ਮੈਂ ਫਸਟ ਫੋਨ ਆਪਣਾ ਕਿੱਥੋਂ ਲਿਆ ਸੀ ਇੱਥੋਂ ਹੀ ਪਹਿਲਾਂ ਬੜਾ ਵਧੀਆ ਨਿਕਲਿਆ ਚਲੇ ਹਾਂ ਮੌਜ ਕਿਤੇ ਲੱਭਣੀ ਦੱਸ ਗੱਲਾਂ ਕਰਦੇ ਆ ਕਿੱਡਾ ਔਖਾ ਪੈਂਦਾ ਇਹਦੀਆਂ ਚੀਜ਼ਾਂ ਕਹਿਣ ਲੱਗਦੀਆਂ ਮੈਨੂੰ ਸ਼ੋਪਿੰਗ ਹੋਈ ਜਾਂਦੀ ਹੈ ਬਸ ਠੀਕ ਆ ਸਾਰੀਆਂ ਲੈ ਜਾਈਏ ਸਹੀ ਲੱਗਣ ਡੇ ਚਲੋ ਹਾਂ ਰੱਖਦੇ ਇੱਕ ਕੈਰੀ ਬੈਗ ਹੈ ਨਾ ਕਿੱਟ ਨਹੀਂ ਮੈਂ ਕਿਹਾ ਇੱਦਾਂ ਦਾ ਬੈਗ ਲੈ ਜਾਈਏ ਛੋਟਾ ਵਧੀਆ ਕਿ ਨਹੀਂ ਇਲੂ ਆਪਾਂ ਅਮੈਰੀਕਾ ਵਾਲੇ ਫਿਰਦੀ ਹੁਣ ਨਹੀਂ ਨੇਕਾ ਵਾਲੀ ਲਾ ਨੇਕਾ ਮੇਰੇ ਕਹਿਣ ਤੇ ਆ ਲਾ ਪਾਪੇ ਪਾਪਾ ਰੀ ਜਾਂਦੇ ਆ ਥੋੜ੍ਹੀ ਵਿੱਚ ਮੈਂ ਥੱਕ ਗਈ ਅਤੇ ਮੈਂ ਆਪਣੀ ਐਨਰਜੀ ਡਰਿੰਕ ਪੀ ਲਈ ਆ ਕੋਕ ਤਾਂ ਨਹੀਂ ਕਿੱਧਰ ਸਲਾਹ ਕਿੱਧਰ ਸਲਾਹ ਸਮਾਨ ਡਿੱਗੀ 'ਚ ਰੱਖੋ ਸਾਰਾ ਅਤੇ ਚਲੋ ਇਲੂ ਮਿਲ ਗਈ ਇਲੂ ਇਲੂ ਹੁਣ ਜਾਣ ਦਿਓ ਕ੍ਰਿਸਟਲ ਚੌਂਕ ਜਾਣ ਦਿਓ ਲੈ ਕ੍ਰਿਸਟਲ ਚੌਂਕ ਮੇਰਾ ਪਰਸ ਵੇਖ
ਨਾਚ ਕਿੱਧਰ ਤੇ ਚਲੋ ਹਾਂ ਪਰਸ ਆ ਜਾਓ ਹੋਰ ਚੀਜ਼ ਲਈ ਬਣਾਈ ਇਧਰੋਂ ਮੈਂ ਟੈਗ ਵੀ ਲੈ ਕੇ ਸਾਰ ਜਿਹੜਾ ਆ ਗਿਆ ਨਾ ਲੰਗਾ ਤੇਰੀ ਮੈਨੂੰ ਲੱਗਦਾ ਫਿਰ ਉਲਟੀ ਬੁਲਟੀ ਕਰਨੀ ਆ ਉਹ ਬਸ ਚਪਾਤੀ ਆ ਮੋਟੀ ਚੀਜ਼ ਦਾ ਵਾੜ ਇੱਦਾਂ ਭੱਜਿਆ ਕਰਨਾ ਪਾ ਕੇ ਛੋਟਾ ਕੁਲਟਿੰਗ ਵਾਲਾ ਮਟੀਰੀਅਲ ਕਿੱਥੇ ਹੈਲੋ ਮੈਡਮ ਓਰੀਜਨਲ ਹੈ ਕਾਪੀ ਨਹੀਂ ਹੈਗੀ ਕ੍ਰੋਸ ਕਰਕੇ ਦੇਖੋ ਬੜਾ ਹੀ ਪਿਆਰਾ ਲੱਗੇ ਆ ਲੌਂਗ ਕਰ ਲਓ ਥੋੜੀ ਸਲਾਈ ਕੁਰਸੀ ਕਰਨੀ ਕਲਾਸ ਸੀ ਨਾ ਮੇਰਾ ਮੈਂ ਜੀ ਕਲਾਸ ਸਹੀ ਹੈ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਨਾ ਬ੍ਰਾਂਡ ਹੈ ਹੱਥ ਲਓ ਲੈਦਰ ਬਹੁਤ ਫਾਈਨ ਹੈ ਪਿਓਰ ਲੈਦਰ ਪਰਸ ਦੇ ਵਿੱਚ ਰੱਖ ਸਕਦੇ ਬੈਗ ਹੀ ਮੇਰਾ ਲੈ ਲਿਆ ਵੱਡੇ ਬੈਗ ਵੀ ਲੈ ਲਏ ਸੀ 7 ਕਿਲੋ ਵਾਲੇ ਵੀ ਲੈ ਲਏ ਆ ਬਸ ਹੁਣ ਮੇਰਾ ਰਹਿ ਗਿਆ ਥੋੜ੍ਹਾ ਮੋਲ ਵਾਲਾ ਕੰਮ ਅਤੇ ਆਈਡੀਅਸ ਦਾ ਕੰਮ ਬਸ ਉਹ ਕਰਕੇ ਹੁਣ ਆਪਾਂ ਬਸ ਫਿਰ ਫਿਨਿਸ਼ ਫਿਰ ਆਪਾਂ ਪੈਕਿੰਗ ਕਰੀਏ ਘਰ ਆ ਜਾ ਨਾ ਨਾਜ ਪਰਸ ਦੱਸ ਕਿੱਦਾਂ ਲੱਗਾ ਪਰਸ ਇਹ ਤਾਂ ਮੈਂ ਘਰ ਜਾ ਕੇ ਉਠਾਉਂ ਕਿੱਦਾਂ ਦਾ ਹਾਂ ਨਾਜ ਦੀ ਸ਼ੋਅ ਚੋਇਸ ਆਇਆ ਚਲੋ ਚੱਲੀਏ ਮੇਰੇ ਨਾਲ ਇਲੂ ਇਲੂ ਕੀ ਹੋਇਆ ਵਾ ਗਿਆਨੀ ਦੀ ਲੱਸੀ ਪੀਣੀ ਲੱਸੀ ਪੀਣ ਪਾਵਰ ਬੈਂਕ ਚੇਂਜ ਕਰਾਉਣ ਆਏ ਆ ਹਾਲ ਗੇਟ ਚੇਚਾ ਇਹਨੂੰ ਕੀ ਖਿਆਲ ਤੇਰਾ ਫਿਰ ਹੋਰ ਮੇਰਾ ਯਾਰ ਬੜਾ ਜੀ ਕਰਦਾ ਡੈਕੋਰੇਸ਼ਨ ਦੀਆਂ ਚੀਜ਼ਾਂ ਲੈ ਕੇ ਜਾਣ ਨੂੰ ਸਾਰੀ ਆਈਡੀਅਮ ਲੁੱਟ ਕੇ ਆਉਣਾ ਵਾ ਆਹੇ ਕਰਾਓ ਮਾਇਆ ਜਾਓ ਫਿਰ ਇਲੂ ਮੈਨੂੰ ਸ਼ੋਪਿੰਗ ਹੋਰ ਕਰਾਊਗਾ ਮੈਂ ਵਾਰੇ ਜਾਵਾਂ ਯਾਰ ਖਾਣੇ
ਤੈਨੂੰ ਪਤਾ ਇੱਕ ਵਾਰੀ ਹੱਸ ਲੱਗਾ ਇਹ ਨਾ ਮੈਂ ਡੈਡੀ ਪ੍ਰੀਤੀ ਨੂੰ ਸਾਰੇ ਹੀ ਇਹਨੂੰ ਨਾ ਵੈਬਰ ਹੀ ਪੈਸੇ ਕਢਾਉਣ ਕਢਾ ਤਾ ਘੰਟਾ ਲਾ ਪੈਸੇ ਕਢਾਉਣ ਨੂੰ ਏਦਾਂ ਦਾ ਬੰਦਾ ਹੀ ਹੈ ਪੰਜਾਬੀ ਚਲੋ ਚਲੋ ਆਹੀ ਗੱਲਾਂ ਕਰਦੇ ਹੋਣੇ ਤੁਸੀਂ ਅੱਗੇ ਚੱਲ ਗਏ ਤੂੰ ਨਿਕਲ ਗਏ ਸਮਾਨ ਲੈਣ ਦਾ ਗੱਡੀ ਡਿੱਗੀ ਫੁੱਲ ਕੀਤੀ ਆ ਹੁਣ ਆਪਾਂ ਕੁਛ ਨਾ ਕੁਛ ਖਾ ਲਿਆ ਦੀਦੀ ਹੋਰ ਭੁੱਖੇ ਹੀ ਰਹਿ ਗਏ ਨਹੀਂ ਮੇਰੀ ਕੋਕ ਹੈ ਖਾਦਾ ਕਦੋਂ ਹੈ ਗਿਆਨੀ ਦੀ ਲੱਸੀ ਪੀਤੀ ਸਪੈਸ਼ਲ ਕਾਫੀ ਨੇ ਪੀਤੀ ਹੋਣੀ ਇੱਥੋਂ ਹੁਣ ਅਸੀਂ ਚੱਲੇ ਹਾਂ ਉੱਥੇ ਹਾਏ ਹੁਣ ਆਪਾਂ ਚੱਲੇ ਹਾਂ ਆਈਡੀਐਸ ਮਾਰਕੀਟ ਚਲੋ ਚਲੇ ਤਾਂ ਅਗਲਾ ਲੱਗੇ ਨਹੀਂ ਹੁਣ ਆਪਾਂ ਆਈਡੀਐਸ ਮਾਰਕੀਟ ਪਹੁੰਚ ਗਏ ਹਾਂ ਨਹੀਂ ਕਹੀਂ 88 ਨੰਬਰ ਸ਼ੌਕ ਚੱਲੇ ਜਿੰਨਾ ਨੰਬਰ 88 ਹੈਲੋ ਕਿੱਥੇ ਆ ਦੋਵੇਂ ਕੀ ਕਰਦੇ ਇੰਨੀ ਫੇਮਸ ਸ਼ੌਪ ਤੇ ਖੜਿਆ ਇੰਨੇ ਮੈਨੂੰ ਆਈਡੀਆ ਚ ਵੀ ਲਿਆ ਜਿਹੜਾ ਮੈਂ ਲੈਣ ਵਾਲਾ ਸੀ ਮੇਨ ਚੀਜ਼ਾਂ ਅਤੇ ਹੁਣ ਆਪਾਂ ਚੱਲੇ ਹਾਂ ਅਲਫਾ ਵਨ ਉੱਥੋਂ ਮੇਰੇ ਸਲਿੱਪਰ ਲੈਣੇ ਆ ਅਤੇ ਥੋੜ੍ਹਾ ਜਿਹਾ ਸਮਾਨ ਰਹਿ ਗਿਆ ਬਾਕੀ ਸਾਰੀ ਸ਼ੋਪਿੰਗ ਡਨ ਹੋ ਗਈ ਓਕੇ ਮੁੰਡੇ ਦੁਖੀ ਹੋ ਗਏ ਸਾਡੇ ਤੋਂ ਇੰਨਾ ਸਾਰਾ ਉਹ ਦੁਕਾਨ ਤੇ ਪਿੱਛੇ ਰਹਿ ਗਈ ਉੱਧਰ ਉਹ ਵਾਲੀ ਪਰਫਿਊਮ ਵਾਲੀ ਜਿੱਤ ਲੈਣਾ ਤੂੰ ਅਤੇ ਚਲੋ ਹੁਣ ਆਪਾਂ ਜਾਂਦੇ ਪਏ ਹਾਂ ਅਲਫਾ ਵਨ ਚਲੋ ਬਾਹਰ ਆ ਕੇ ਨਾ ਕਿਰਾਇਆ ਕਰੋ ਪਹੁੰਚ ਗਏ ਅਸੀਂ ਅਲਫਾ ਦੀ ਪਾਰਕਿੰਗ ਮਿਸ ਕਰਿਆ ਕਰੂੰਗੀ ਮੈਂ ਬਾਹਰ ਜਾਣ ਤੋਂ ਬਾਅਦ ਅਲਫਾ ਦੀ ਪਾਰਕਿੰਗ ਅੱਜ ਮੇਰਾ ਲਾਸਟ ਸ਼ੋਪਿੰਗ ਡੇ ਹੈ ਕੱਲ੍ਹ ਤੋਂ ਮੈਨੂੰ ਕੁਝ ਨਹੀਂ ਮਿਲਣਾ ਫਿਰ ਮੈਂ ਘਰੇ ਬਹਿ ਹਾਂ ਅਤੇ ਚਲੋ ਫਿਰ ਚਲੇ ਹਾਂ ਹਾਏ ਮੈਂ ਮਰ ਗਈ ਯੂਡੀਓ ਆ ਗਏ ਕਿਤੇ ਹੋਰ ਲੈਣ ਚੱਲ ਜਾਓ ਆ ਚੀਜ਼ ਵੀ ਸੌਖੀ ਨਹੀਂ ਕਹਿਣਾ ਹੀ ਸੌਖਾ ਬੰਦਾ ਲੈਂਦਾ ਲੈਂਦਾ ਚੀਜ਼ਾਂ ਵੀ ਥੱਕ ਜਾਂਦਾ ਕਿ ਨਹੀਂ ਨਾ ਦੱਸ ਯੈਸ ਆਰ ਯੂ ਰੈਡੀ ਯੈਸ ਚਲੋ ਕਰ ਗਿਆ ਪੰਟ ਮੈਨੂੰ ਬਹੁਤ ਖੁੱਲੀ ਆ 34 ਇਹ ਨਹੀਂ ਮੈਨੂੰ ਆਉਣਾ ਆਈ 3 ਡਿਜ਼ਾਈਨ ਵਧੀਆ ਲੂ ਸੋਹਣੀ ਲਗਾਉਣੀ ਸੋਹਣੀ ਵੀਡੀਓ ਪਹਿਲਾਂ ਲੈ ਲਈਏ ਉਹਨਾਂ ਮੁੰਡਿਆਂ ਨੇ ਆਇਆ ਨਾ ਸਮਾਨ ਲੈ ਲਈਏ ਪਹਿਲਾਂ
ਉਹ ਆ ਗਏ ਹੀ ਦੋਵੇਂ ਲੱਲੇ ਪਿੰਕ ਬਾਜ਼ਾਰ ਲੁੱਟ ਲਿਆ ਕਰਾਓ ਬਿੱਲ ਨੇਕ ਇੱਕ ਪਰਫਿਊਮ ਲੈ ਲਾ ਕਰਾਓ ਸ਼ੋਪਿੰਗ ਤੇ ਸ਼ੋਪਿੰਗ ਬਾਏ ਕਰਾ ਕੇ ਆ ਜਿਓ ਅਤੇ ਉੱਥੋਂ ਕੱਪੜੇ ਲੈ ਲਏ ਆ ਬਸ ਹੁਣ ਕੁਝ ਖਾਈਏ ਪੀਏ ਅਤੇ ਘਰ ਨੂੰ ਚੱਲੀਏ ਅੱਜ ਮੇਰੀ ਸ਼ੋਪਿੰਗ ਡਨ ਹੋ ਗਈ ਬਸ ਦੋ ਚੀਜ਼ਾਂ ਰਹਿ ਗਈਆਂ ਸਪੈਕਸ ਅਤੇ ਦੁਪੱਟੇ ਉਹ ਮੈਂ ਪਿੰਡੋਂ ਹੀ ਲੈ ਲੈਣੇ ਆ ਬਸ ਕਿੱਦਾਂ ਲੱਗਾ ਸ਼ੋਪਿੰਗ ਕਰਕੇ ਬਹੁਤ ਇੰਜੋਏ ਕੀਤਾ ਹੁਣ ਮੇਰੀਆਂ ਨੇਲ ਪੇਂਟਸ ਲੈ ਆਈ ਠੀਕ ਆ ਇਹਨਾਂ ਤੂੰ ਯਾਦ ਭੁੱਲ ਜੇ ਓਕੇ ਕਿੱਥੇ ਆ ਫੋਰ ਐਵਰ ਨੀਚੇ 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 ਉੱਧਰ ਹੀ ਆ ਥੱਲੇ ਇੱਥੇ ਜਾਣਾ ਹਾਂ 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 ਬਿੱਲ ਕਰਾਉਣਾ ਦੂਜੀ ਜਗ੍ਹਾ ਡਾਹਤਾ ਵਾ ਹੁਣ ਤੀਜੀ ਜਗ੍ਹਾ ਸਮਾਨ ਲੈ ਆਈਏ ਉਹਦਾ ਜੰਗਲ ਬਣਾਇਆ ਉੱਧਰ ਹੈਨਾ ਅੱਛਾ ਮੈਂ ਇੱਥੇ ਤਾਂ ਕਿਡਜ਼ ਵੀ ਆ ਇੱਥੇ ਨੂੰ ਕੁਝ ਨਹੀਂ ਮਿਲਣ ਡਿਆ ਇੱਥੇ ਯਾਰ ਇੱਥੇ ਮੈਨੂੰ ਕੁਝ ਨਹੀਂ ਪਸੰਦ ਆਇਆ ਆ ਜਾ ਮੈਂ ਇੱਥੇ ਕੁਝ ਬਿੱਲਾ ਸ਼ੋਪਿੰਗ ਕਰ ਕਰਕੇ ਨਾ ਤਾਂ ਗਾ ਸ਼ੋਪਿੰਗ ਕਰ ਕਰਕੇ ਵੱਜ ਗਈ ਮੱਤ ਬਾਹਰ ਜਾਣਾ ਸੌਖਾ ਨਹੀਂ ਖਰਚਾ ਬੜਾ ਹੁੰਦਾ ਵਾ ਅਤੇ ਹਰਨੇਕ ਦੀ ਅਤੇ ਅੱਜ ਕੈਸ਼ ਪਤਾ ਮੇਰਾ ਕੌਣ ਹੀ ਹਰਨੇਕ ਮੇਰਾ ਬ੍ਰਦਰ ਅਤੇ ਬਸ ਹੁਣ ਖਾਈਏ ਪੀਏ ਅਤੇ ਚੱਲੀਏ ਆਪਾਂ ਘਰ ਸ਼ੋਪਿੰਗ ਹੋ ਗਈ ਆਪਣੀ ਡਨ ਜਿਹੜਾ ਅਤੇ ਜਿਹੜਾ ਦੂਜਾ ਸਮਾਨ ਆ ਉਹ ਆਪਾਂ ਕੀ ਉਹਦਾ ਨਾਂ ਹੁਣ ਨੋਰਮਲ ਚੁੰਨੀਆਂ ਵਗੈਰਾ ਉਹ ਮੈਂ ਡੈਡੀ ਨੇ ਜਾ ਕੇ ਲਿਆਉਣੀ ਆ ਬਾਕੀ ਡਨ ਹੋ ਗਿਆ ਵਾ ਅਤੇ ਚਲੋ ਠੀਕ ਆ ਇਹ ਵਲੋਗ ਲੱਗਿਆ ਆਪਾਂ ਇੱਥੇ ਐਂਡ ਕਰਨ ਜੇ ਵਲੋਗ ਸਾਡਾ ਵਧੀਆ ਲੱਗਿਆ ਹੋਵੇ ਇਹ ਸਾਰੇ ਵਲੋਗ ਜਦੋਂ ਮੈਂ ਪਹੁੰਚ ਜੂੰਗੀ ਉਦੋਂ ਤੁਹਾਨੂੰ ਵੇਖਣ ਨੂੰ ਮਿਲਣਗੇ ਮੈਨੂੰ ਬਲੈਸਿੰਗ ਦਿਓ ਵਧੀਆ ਵਧੀਆ ਮੈਂ ਪਹੁੰਚਾਂ ਅਤੇ ਮਿਲਦੇ ਹਾਂ ਫਿਰ ਤੁਹਾਨੂੰ ਉੱਥੋਂ ਦੇ ਵਲੋਗਾਂ ਨਾਲ ਹੁਣ ਕੰਟੀਨਿਊ ਬਣੇ ਰਹੋ ਅਤੇ ਇੱਦਾਂ ਪਿਆਰ ਦਿੰਦੇ ਰਹੋ ਸਬਸਕ੍ਰਾਈਬ ਸ਼ੁਰੂ ਕਰ ਲਿਓ ਅਤੇ ਬਾਏ ਬਾਏ।